आज एक काम करते हैं, रिश्ता करवाते हैं, मेरा नहीं सोनम बाजवा का। और आज मुर्गा भी ना यार मेरा बनाने का इतना मन नहीं कर रहा है, आज जब गिप्पी पाजी और सोनम है तो इनसे ही बनवाते हैं। आज आप थोड़ी मेहनत कर लोगे थोड़ी मेरे कहने पे? जी थोड़ी बहुत ना कोशिश करते हैं। अभी हम किसी को फोन करने वाले हैं, ज्यादा मैं कुछ नहीं बता रहा, बस कॉल लगाते हैं, एक सेकेंड रुको। हेलो, हाँ जी, शिवम बात कर रहे हैं? हाँ जी, हाँ जी, हाँ जी, मैं मीत बोल रही हूँ। ਤੁਸੀਂ ਮੈਂ ਤੁਹਾਡਾ ਕੰਟੈਕਟ ਨੰਬਰ ਲਿਆ, ਤੁਸੀਂ ਮੈਟ੍ਰੀਮੋਨੀਅਲ ਸਾਈਟ ਤੇ ਪਾਇਆ ਸੀ ਰਿਸ਼ਤੇ ਲਈ? ਹਾਂ ਜੀ, ਹਾਂ ਜੀ, ਬਿਲਕੁਲ ਬਿਲਕੁਲ ਜੀ, ਕਿਵੇਂ ਹੋ ਤੁਸੀਂ, ਸਭ ਵਧੀਆ ਜੀ? ਮੈਂ ਠੀਕ ਹਾਂ। ਫੋਟੋ ਤੁਹਾਡੀ ਬਹੁਤ ਸੋਹਣੀ ਸੀ। ਹਾਂ ਜੀ, ਥੈਂਕ ਯੂ ਜੀ, ਬਸ ਕਦੇ ਮਾਨ ਜੇ ਨਹੀਂ ਕੀਤਾ। ਹਾਂ ਜੀ, ਬਿਲਕੁਲ, ਤੁਹਾਡੀ ਆਪਦੀ ਹੈ ਜੀ? ਮੈਂ ਹੀ ਹਾਂ ਜੀ, ਪੂਰਾ ਦਾ ਪੂਰਾ ਮੈਂ ਹੀ ਹਾਂ। ਅੱਛਾ, ਫਿਲਟਰ ਲਾਇਆ ਹੋਣਾ ਹੈ ਨਾ? ਉਹਦਾ ਜੀ ਸਨੈਪ ਨੂੰ ਚੈਟ ਤੇ ਲਾ ਲੈਂਦੇ ਹਾਂ। ਅੱਛਾ ਅੱਛਾ, ਅਤੇ ਮੈਂ ਮਤਲਬ ਚਲੋ ਬਾਕੀ ਗੱਲਾਂ ਅਸੀਂ ਕਰਾਂਗੇ, ਪਰ ਮੈਂ ਚਾਹੁੰਦੀ ਸੀ ਵੀ ਜਿਹੜੇ ਘਰ ਦੇ ਆ, ਹੈ ਨਾ, ਉਹ ਪਹਿਲਾਂ ਇੱਕ ਵਾਰੀ ਤੁਹਾਡੇ ਨਾਲ ਗੱਲ ਕਰ ਲੈਣ, ਬਿਕੋਜ਼ ਚਲੋ ਵਿਆਹ ਤਾਂ ਕੁੜੀ ਮੁੰਡੇ 'ਚ ਹੁੰਦਾ, ਬਟ ਫੈਮਲੀ ਬਹੁਤ ਜ਼ਰੂਰੀ ਆ। ਸੋ ਤੁਸੀਂ, ਮੈਂ ਕਿਹਾ ਚਲੋ ਘਰਦਿਆਂ ਨਾਲ ਇੱਕ ਵਾਰੀ ਗੱਲ ਕਰਾਂਦਾ। ਸੋ ਆ, ਹਾਂਜੀ ਹਾਂਜੀ ਜੀ, ਥੋੜ੍ਹੀ ਆ ਕਰਿਓ ਗੱਲ ਮਾੜੀ ਜੀ। ਹੈਲੋ, ਹਾਂਜੀ, ਹੈਲੋ ਜੀ, ਛਿੱਬੂ ਛਿੱਬੂ ਸਤਿ ਸ਼੍ਰੀ ਅਕਾਲ ਛਿੱਬੂ, ਸਤਿ ਸ਼੍ਰੀ ਅਕਾਲ, ਕਿੱਦਾਂ ਤੁਸੀਂ, ਠੀਕ ਹੋ? ਮੈਂ ਠੀਕ ਹਾਂ ਅੰਕਲ ਜੀ, ਤੁਸੀਂ ਸੁਣਾਓ, ਤੁਸੀਂ ਠੀਕ ਹੋ? ਸਭ ਵਧੀਆ। ਛਿੱਬੂ ਤੁਸੀਂ ਕੀ ਕਰਦੇ ਹੋ? ਮੈਂ ਜੀ ਗਾਇਕ ਹਾਂ ਜੀ ਅੰਕਲ ਜੀ, ਬਸ ਗਾਣੇ ਗੁਣੇ ਗਾ ਲੈਣਾ। ਕਿੱਦਾਂ ਦੇ ਗਾਣੇ ਗਾਉਣੇ ਪਸੰਦ ਕਰਦੇ ਹੋ? ਮੈਂ ਜੀ ਅੱਜ ਕੱਲ੍ਹ ਚੱਲ ਰਿਹਾ ਥੋੜਾ ਜਿਹਾ ਇੰਡੀ ਉਂਡੀ ਗਾਣੇ, ਮੈਂ ਪੰਜਾਬੀ ਗਾਣੇ ਗਾਉਂਦਾ ਵੈਸੇ ਜ਼ਿਆਦਾਤਰ, ਬਸ ਇਹ ਥੋੜੀ ਫੋਕ ਜੀ ਫੀਲ 'ਚ ਪਾ ਰਹੇ ਹਾਂ ਆਪਾਂ, ਲੱਗੇ ਹੋਏ ਹਾਂ, ਕੋਸ਼ਿਸ਼ਾਂ ਕਰ ਰਹੇ ਹਾਂ ਜੀ। ਠੀਕ ਹੈ, ਠੀਕ ਹੈ। ਉਹਦਾ ਕੰਮ ਕੀ ਕਰਦੇ ਹੋ ਜੀ? ਮੇਰਾ ਆਪਣਾ ਕਾਲ ਸੈਂਟਰ 'ਚ ਲੱਗਿਆ ਹੋਇਆ ਮੈਂ, ਕਿਹੜੀ ਗੱਲ ਨੀ ਕਹਿਣੀ? ਮੈਂ ਜਨਰਲੀ ਉਹਨਾਂ ਨੂੰ ਦੱਸ ਦਿੰਦਾ ਕਿ ਜੇ ਗਾਲ ਗੂਲ ਕੱਢ ਰਿਹਾ ਹੋਵੇ ਤੁਸੀਂ, ਕਿਹੜੀ ਗਾਲ? ਉਹ ਫਿਰ ਅੰਗਰੇਜ਼ੀ ਵਾਲੀ ਗਾਲ ਕੱਢ ਦਿੰਦੇ ਹੋ ਸਾਰੇ, ਕਹੇ ਕਿ ਮੈਂ ਤਾਂ ਸਮਝਾ ਦਿੰਦਾ ਉਹਨਾਂ ਨੂੰ, ਬਟ ਕੁਝ ਮੰਨਦੇ ਨੀ, ਕੱਢ ਕੱਢ ਵੀ ਦਿੰਦੇ ਕਦੇ ਕਦਾਰ। ਨਹੀਂ, ਤੂੰ ਗਾਲਾਂ ਕੱਢਣੀਆਂ ਪਸੰਦ ਕਰਦਾ ਕਿ ਨਹੀਂ ਕਰਦਾ? ਨਹੀਂ ਅੰਕਲ, ਮੈਂ ਨਹੀਂ ਕਰਦਾ ਜੀ ਗਾਲਾਂ। ਤੂੰ ਪੰਜਾਬੀ ਨਹੀਂ ਗਾ? ਮੈਂ ਪੰਜਾਬੀ ਹਾਂ ਜੀ। ਮੈਨੂੰ ਤਾਂ ਤੇਰੇ ਉੱਥੇ ਮੈਟ੍ਰੀਮੋਨੀ ਤੇ ਇਹ ਕਹਿੰਦੀ ਵੀ ਤੂੰ ਪੰਜਾਬੀ ਆ ਭਾਈ। ਨਹੀਂ ਨਹੀਂ, ਮੈਂ ਪੂਰਾ ਪੰਜਾਬੀ ਅੰਕਲ। ਫੇ ਗਾਲ ਕੱਢ ਕੇ ਦਿਖਾ। ਨਹੀਂ 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 ਅੰਕਲ ਜੀ, ਸੌਰੀ, ਮੈਂ ਤਾਂ ਇੱਕ ਸੈਕਿੰਡ, ਸੌਰੀ ਸ਼ਿਵਮ ਜੀ, ਮਾੜੀ ਜੀ ਮੇਰੀ ਗੱਲ ਸੁਣਿਓ, ਮੈਂ ਸੌਰੀ ਤੁਹਾਨੂੰ ਦੋਨਾਂ ਨੂੰ ਇੰਟਰਪਟ ਕਰ ਰਹੀ ਹਾਂ। ਆ ਤੁਸੀਂ ਇਹਨਾਂ ਨੂੰ ਅੰਕਲ ਅੰਕਲ ਨਾ ਕਹੋ, ਤੁਹਾਡੇ ਹਾਣ ਦੇ ਆ, ਮਾੜਾ ਮੋਟਾ ਇੱਕ ਅੱਧੇ ਸਾਲ ਦਾ ਫਰਕ ਹੋਣਾ, ਇਹ ਤੁਹਾਡੇ ਹਾਣ ਦੇ ਹੀ ਆ। ਐਕਚੁਲੀ ਇੱਕ ਤੁਸੀਂ ਕਨਫਿਊਜ਼ ਹੋ ਗਏ ਹੋ, ਐਕਚੁਲੀ ਮੀਤ ਆ ਨਾ ਜਿਹੜੀ, ਇਹ ਮੇਰੀ ਗਰਲਫ੍ਰੈਂਡ ਆ, ਤੇ ਮੈਂ ਚਾਹੁੰਦਾ ਵੀ ਦੇਖੋ ਮੈਂ ਆਪਦੀ ਗਰਲਫ੍ਰੈਂਡ ਦਾ ਜਦੋਂ ਕਿਤੇ ਵਿਆਹ ਕਰਨਾ ਵਾ ਤਾਂ ਮੈਂ ਉਹੋ ਜਿਹੀ ਜਗ੍ਹਾ ਦੇ ਉੱਤੇ ਵਿਆਹ ਕਰਾਂ ਨਾ ਵੀ ਅਗਲੇ ਬੰਦਾ ਚੰਗੀ ਤਰ੍ਹਾਂ ਸਾਂਭ ਵੀ ਸਕਦਾ, ਇਹਨੂੰ ਕੀ ਕੰਮ ਕਾਰ ਆ ਉਹਦਾ, ਕੀ ਸਾਰਾ ਕੁਛ ਹੈਗਾ, ਮੈਨੂੰ ਤਾਂ ਹੁਣ ਇਹਦਾ ਪਤਾ ਹੈ ਨਾ, ਕਿਉਂਕਿ ਅਸੀਂ ਤਾਂ ਕਿੰਨੇ ਸਾਲਾਂ ਤੋਂ ਇਕੱਠੇ ਹੀ ਹੈ। ਛਿੱਬੂ, ਉਹ ਛਿੱਬੂ ਬੋਲ ਹੀ ਨਹੀਂ ਰਿਹਾ ਯਾਰ। ਛਿੱਬੂ ਤੂੰ ਤਾਂ ਕਿੱਥੇ ਚਲੇ ਗਿਆ? ਛਿੱਬੂ ਤੂੰ ਤੂੰ ਤਾਂ ਕਦੇ ਮਾਣ ਹੀ ਨਹੀਂ ਸੀ ਕੀਤਾ ਹੈ ਜੀ ਬਈ। ਮੈਂ ਇਹ ਸਮਝਿਆ ਨਹੀਂ ਕਿ ਤੁਸੀਂ ਜੇ ਇਹਨਾਂ ਦੇ ਬੋਏਫ੍ਰੈਂਡ ਹੋ ਤੁਸੀਂ ਕਿਉਂ ਵਿਆਹ ਕਰਾਉਣ ਨੂੰ ਫਿਰਦੇ? ਨਹੀਂ ਫਿਰ ਵਿਆਹ ਤਾਂ ਹੁਣ ਕਰਾਉਣਾ ਹੀ ਆ ਨਾ, ਵਿਆਹ ਤਾਂ ਮੈਂ ਵੀ ਕਿਤੇ ਨਾ ਕਿਤੇ ਕਰਾਉਣਾ ਹੀ ਨਹੀਂ, ਵੀ ਕਿਤੇ ਨਾ ਕਿਤੇ ਕਰਾਉਣਾ, ਵਿਆਹ ਤਾਂ ਕਰਾਵਾਂਗੇ ਨਾ। ਓਹੋ, ਫਿਰ ਉਹੀ ਗੱਲ ਕਮਲਿਆ, ਅਸੀਂ ਤਾਂ ਬੋਏਫ੍ਰੈਂਡ ਗਰਲਫ੍ਰੈਂਡ ਆ, ਹਸਬੈਂਡ ਵਾਈਫ ਥੋੜ੍ਹੀ ਕਿਹਾ ਤੈਨੂੰ। ਹਸਬੈਂਡ ਵਾਈਫ ਲਈ ਤਾਂ ਹੁਣ ਮੈਨੂੰ ਆਪਦਾ ਹੋਰ ਵਾਈਫ ਮਟੀਰੀਅਲ ਚਾਹੀਦਾ, ਇਹਨੂੰ ਹੋਰ ਹਸਬੈਂਡ ਮਟੀਰੀਅਲ ਚਾਹੀਦਾ। ਹੁਣ ਤੇਰੀ ਫੋਟੋ ਜਦੋਂ ਦੇਖੀ ਇਹ ਕਹਿੰਦੀ ਵੀ ਛਿੱਬੂ ਕੁਛ ਕੁਛ ਜਿਹਾ ਲੱਗਦਾ ਜਿਹਾ ਜਿਹਾ ਮੈਨੂੰ ਚਾਹੀਦਾ। ਹੁਣ ਤੂੰ ਉਹੋ ਜਿਹੀਆਂ ਗੱਲਾਂ ਨਹੀਂ ਕਰ ਰਿਹਾ, ਨਾ ਤੈਨੂੰ ਗਾਲ ਕੱਢਣੀ ਆਉਂਦੀ ਆ, ਨਾ ਤੂੰ ਹਾਲੇ ਪੂਰਾ ਆਪਦੇ ਕੰਮ ਬਾਰੇ ਦੱਸਿਆ, ਵਿੱਚੇ ਤੂੰ ਅੱਧਾ ਕੁ ਗਾਇਕ ਹੈ, ਅੱਧਾ ਕੁ ਕਾਲ ਸੈਂਟਰ 'ਤੇ ਲੱਗਿਆ ਹੋਇਆ, ਮੈਨੂੰ ਪੂਰੀ ਸਮਝ ਨਹੀਂ ਆ ਰਹੀ। ਮੈਨੂੰ ਤੂੰ ਖੁੱਲ੍ਹ ਕੇ ਦੱਸ ਵੀ ਤੂੰ ਹੈ ਕੀ। ਮੈਂ ਜੋ ਵੀ ਆ, ਮੈਨੂੰ ਇਹ ਚੀਜ਼ ਪਹਿਲਾਂ ਸਮਝਾਓ ਤੁਸੀਂ ਕਿ ਵੀ ਤੁਸੀਂ ਜੇ ਬੋਏਫ੍ਰੈਂਡ ਹੈਗੇ ਆ, ਤੁਸੀਂ ਕਿਉਂ ਲੱਭ ਰਹੇ ਹੋ ਉਹਨਾਂ ਵਾਸਤੇ ਰਿਸ਼ਤਾ? ਮੈਂ ਤਾਂ ਕਦੇ ਨਹੀਂ ਜਿਵੇਂ ਬੋਏਫ੍ਰੈਂਡ ਨੂੰ ਕਿਵੇਂ ਥੋੜ੍ਹੀ ਕਰਦਾ ਹੈ। ਦੇਖ, ਇਹ ਜਿਹੜੀ ਕਾਲ ਕੀਤੀ ਗਈ ਆ ਨਾ, ਇਹ ਪਹਿਲਾਂ ਤੇਰੀ ਇੰਟਰਵਿਊ ਲਈ ਕਾਲ ਕੀਤੀ ਗਈ ਆ ਕਿ ਤੂੰ ਡਿਜ਼ਰਵਿੰਗ ਪਰਸਨ ਹੈਗਾ ਜਾਂ ਨਹੀਂ ਹੈਗਾ ਮੀਤ ਦੇ ਲਈ, ਠੀਕ ਹੈ ਨਾ? ਜੇ ਤੇਰਾ ਕੋਈ ਸਵਾਲ ਜਾਂ ਕੋਈ ਕਿੰਤੂ ਪਰੰਤੂ ਹੋਊ, ਉਹ ਅਸੀਂ ਕੱਟਾਂਗੇ, ਫਿਰ ਤੂੰ ਦੁਬਾਰਾ ਜੀ ਟੈਲੀਫੋਨ ਲਾ ਕੇ ਸਾਨੂੰ ਪੁੱਛੀ। ਹੁਣ ਤਾਂ ਤੇਰਾ ਮਤਲਬ ਜਵਾਬ ਦਾ ਵਕਤ ਹੈ, ਸਵਾਲ ਦਾ ਵਕਤ ਨਹੀਂ ਹੈ। ਨਹੀਂ ਨਹੀਂ, ਇਹ ਤਾਂ ਨਹੀਂ ਹੁੰਦਾ ਜੀ, ਜੇ ਵਿਆਹ ਹੁੰਦਾ ਦੋ ਲੋਕਾਂ 'ਚ ਹੁੰਦਾ ਤੇ ਮੈਂ ਦੋ ਲੋਕਾਂ 'ਚ ਮੁੰਡੇ ਕੁੜੀ 'ਚ, ਮੁੰਡੇ ਕੁੜੀ 'ਚ ਹੁੰਦਾ, ਦੇਖੋ ਮੈਂ ਕਰਦਾ ਹੀ ਆ, ਮੇਰੇ ਤੋਂ ਨੇੜੇ ਕੌਣ ਆ, ਮੇਰੇ ਤੋਂ ਜ਼ਿਆਦਾ ਇਹਨੂੰ ਕੌਣ ਜਾਣਦਾ, ਮੈਂ ਹੀ ਜਾਣਦਾ।
ਨਹੀਂ ਜੀ, ਇਹ ਤਾਂ ਫਿਰ ਤੁਸੀਂ ਜ਼ਿਆਦਾ ਗੱਲ ਤਾਂ ਹੋ ਗਈ। ਸ਼ਿਵਮ, ਤੁਸੀਂ ਮੈਟ੍ਰੀਮੋਨੀਅਲ ਤੇ ਲਿਖਿਆ ਸੀ ਕਿ ਵੈਰੀ ਓਪਨ ਮਾਈਂਡਡ, ਸਪੋਰਟਿਵ। ਇਹ ਤਾਂ ਮਾਈਂਡ ਜਮੇ ਕਲੋਜ਼ ਹੋ ਗਿਆ ਜੀ। ਓਪਨ ਮਾਈਂਡਡ ਦਾ ਮਤਲਬ ਮੇਰਾ ਇਹ ਸੀਗਾ ਕਿ ਵੀ ਜਦੋਂ ਆਪਾਂ ਵਿਆਹ ਕਰਾਂ ਲਾ ਉਸ ਤੋਂ ਬਾਅਦ ਮੈਨੂੰ ਕੋਈ ਦਿੱਕਤ ਨਹੀਂ ਹੈ, ਜੋ ਮਰਜ਼ੀ ਕਰ ਲਾ। ਨਹੀਂ, ਅੱਛਾ ਤੁਸੀਂ, ਤੁਹਾਨੂੰ ਫਿਰ ਜੇ ਕੋਈ ਦਿੱਕਤ ਨਹੀਂ ਹੈ, ਤੁਸੀਂ ਇਸ ਚੀਜ਼ ਨੂੰ ਓਪਨ ਹੋ ਵੀ ਜੇ ਵਿਆਹ ਤੋਂ ਬਾਅਦ ਵੀ ਅਸੀਂ ਬੁਆਏਫ੍ਰੈਂਡ ਗਰਲਫ੍ਰੈਂਡ ਐਵੇਂ ਹੀ ਰਹੀਏ। ਨਹੀਂ ਜੀ, ਇਹਦੇ ਵਾਸਤੇ ਕੌਣ ਓਪਨ ਹੁੰਦਾ ਨਹੀਂ। ਫਿਰ ਉਹੀ ਤਾਂ ਗੱਲ ਆ, ਤੁਸੀਂ ਕਹਿ ਰਹੇ ਹੋ ਵੀ ਮੈਂ ਵਿਆਹ ਤੋਂ ਬਾਅਦ ਓਪਨ ਹੈ, ਹੁਣ ਤੁਸੀਂ ਨਾ ਵਿਆਹ ਤੋਂ ਪਹਿਲਾਂ ਓਪਨ ਹੋ ਨਾ ਵਿਆਹ ਤੋਂ ਬਾਅਦ ਓਪਨ ਹੋ, ਤੁਸੀਂ ਤਾਂ ਟੋਟਲੀ ਕਲੋਜ਼ ਹੀ ਕਲੋਜ਼ ਹੋ ਮਹਾਰਾਜ। ਕੋਈ ਚੱਕਰ ਨਹੀਂ ਭਾਜੀ, ਤੁਸੀਂ ਕਰਾ ਲਓ ਇਹਨਾਂ ਨਾਲ ਵਿਆਹ, ਇਹ ਤਾਂ ਬਹੁਤ ਜ਼ਿਆਦਾ ਕੰਪਲੀਕੇਟਡ। ਨਹੀਂ ਫਿਰ ਹੁਣ ਅਸੀਂ ਤੁਹਾਡੇ ਲਈ ਜਵਾਬ ਹੀ ਸਮਝੀਏ, ਮੈਨੂੰ ਤਾਂ ਸਮਝ ਨਹੀਂ ਆ ਰਹੀ ਤੁਸੀਂ ਫੋਨ ਕਿੱਦਾਂ ਲਾਤਾ ਜੇ ਤੁਸੀਂ ਬੁਆਏਫ੍ਰੈਂਡ ਹੈਗੇ ਆ ਤਾਂ ਤੁਸੀਂ। ਨਹੀਂ, ਕਿਉਂਕਿ ਦੇਖੋ ਮੈਨੂੰ ਤਾਂ ਬਹੁਤ ਇੱਕ ਓਪਨ ਮਾਈਂਡਡ ਹਸਬੈਂਡ ਚਾਹੀਦਾ ਸੀ ਨਾ, ਸੋ ਤੁਸੀਂ ਲਿਖਿਆ ਵੀ ਸਪੋਰਟਿਵ। ਇਹ ਕਿਦਾਂ ਦਾ ਓਪਨ ਮਾਈਂਡਡ ਹਸਬੈਂਡ ਹੋਇਆ ਜਿਹੜਾ ਤੁਸੀਂ ਬੁਆਏਫ੍ਰੈਂਡ ਨਾਲ ਰੱਖਿਆ? ਉਹ ਕਹਿ ਰਹੀ ਕਿ ਵੀ ਹਸਬੈਂਡ ਵੀ ਪਰ ਵਿਆਹ ਤੋਂ ਬਾਅਦ ਤਾਂ ਹਸਬੈਂਡ ਤਾਂ ਤੁਸੀਂ, ਹਸਬੈਂਡ ਥੋੜੀ ਬਣਾ ਰਹੀ ਆ ਉਹਨੂੰ, ਹਸਬੈਂਡ ਤਾਂ ਮੈਂ ਲੱਭ ਰਹੀ ਆ ਨਾ, ਮੈਂ ਸੋਚਿਆ ਤੁਹਾਡੇ ਤੇ ਮਿਲ ਸਕਦਾ ਮੈਨੂੰ ਉਹ ਹਸਬੈਂਡ, ਇਹ ਤਾਂ ਬੁਆਏਫ੍ਰੈਂਡ ਆ। ਇੱਕ ਚੀਜ਼ ਸ਼ਿਬੂ ਵੀਰੇ, ਸ਼ਿਬੂ ਇਮਾਨਦਾਰੀ ਨਾਲ ਇੱਕ ਗੱਲ ਦੱਸਣੀ ਹੈ। ਦੇਖੋ ਤੁਹਾਡੀ ਕੋਈ ਗਰਲਫ੍ਰੈਂਡ ਰਹੀ ਹੈ? ਮੇਰੀ ਬਥੇਰੀਆਂ ਗਰਲਫ੍ਰੈਂਡ ਰਹੀਆਂ ਨੇ ਜੀ। ਫਿਰ ਤੁਹਾਨੂੰ ਤਾਂ ਅਸੀਂ ਇਹ ਗੱਲ ਕਹਿ ਨਹੀਂ ਰਹੇ ਹੈਗੇ। ਦੇਖੋ ਹੁਣ ਜੇ ਤੁਹਾਡੀ ਗਰਲਫ੍ਰੈਂਡ ਰਹੀ ਹੈ ਤਾਂ ਇਹ ਕਿਹੜੀ ਕਿਤਾਬ 'ਚ ਲਿਖਿਆ ਵਾ ਕਿ ਨਹੀਂ ਨਹੀਂ ਜਿਹਦੇ ਨਾਲ ਮੇਰਾ ਵਿਆਹ ਤੇ ਹੁਣ ਮੇਰੀ ਗਰਲਫ੍ਰੈਂਡ ਹੋਈ ਮੇਰੀ ਕੋਟੀ। ਓਹੋ, ਅਸੀਂ ਵੀ ਉਹੀ ਆ ਸੇਮ, ਸਿਰਫ ਗੱਲ ਇੰਨੀ ਕੁ ਹੈ ਵੀ ਜਦੋਂ ਇੱਧਰਲੇ ਪਾਸੇ ਗੱਲ ਪੱਕੀ ਹੋ ਜਾਣੀ ਹੈ ਮੈਂ ਉਦੋਂ ਹੀ ਇੱਧਰਲੇ ਪਾਸਿਓਂ ਬੁਆਏਫ੍ਰੈਂਡ ਵਾਲੀ ਪਦਵੀ ਤੋਂ ਅਸਤੀਫਾ ਦੇ ਦੇਣਾ ਹੈ, ਨਾਲ ਦੀ ਨਾਲ ਮੈਂ ਗੱਦੀ ਤੋਂ ਉਤਰ ਜਾਣਾ ਹੈ। ਮੈਂ ਕੋਈ ਫਰਕ ਨਹੀਂ ਪੈਂਦਾ, ਅਸੀਂ ਗੱਡੀ ਤੇ ਬੈਠੋ, ਤੁਸੀਂ ਗੱਡੀ ਤੋਂ ਉਤਰੋ, ਮੈਂ ਨਹੀਂ ਰਹਿਣਾ ਇੱਥੇ। ਯਾਰ ਗੱਲ ਸੁਣ ਮੇਰੇ ਵੀਰੇ, ਦੇਖ ਜਾ ਤੇਰੀਆਂ ਇੰਨੀਆਂ ਗਰਲਫ੍ਰੈਂਡਾਂ ਨੇ, ਮੀਤ ਨੂੰ ਇਸ ਚੀਜ਼ ਦੀ ਪ੍ਰੋਬਲਮ ਨਹੀਂ ਗੀ। ਹਾਂ, ਉਹਦਾ ਵੀ ਨਾਲ ਹੀ ਮੁੱਕ ਜਾਣਾ ਹੈ। ਸੁਣ ਲਓ ਗੱਲ, ਉਹਨੇ ਇਸ ਕਰਕੇ ਨਹੀਂ ਇਹ ਗੱਲ ਕਹੀ, ਉਹ ਕਹਿੰਦੀ ਵੀ ਕਿਤੇ ਇਹ ਨਾ ਹੋਵੇ ਮੇਰਾ ਵਿਆਹ ਪੱਕਾ ਨਾ ਹੋਵੇ ਤੇ ਮੈਂ ਇਹ ਤੋਂ ਵੀ ਜਾਂਦੀ ਰਹਾਂ। ਕੋਈ ਚੱਕਰ ਨਹੀਂ ਜੀ, ਮੈਂ ਇੱਦਾਂ ਦੀ ਕੁੜੀ ਨਾਲ ਤਾਂ ਨਹੀਂ ਵਿਆਹ ਕਰਾਉਣਾ। ਮੈਂ ਜਿਹੜੀ ਕਹਿੰਦੀ ਕਿ ਮੈਂ ਵਿਆਹ ਤੋਂ ਬਾਅਦ ਬੁਆਏਫ੍ਰੈਂਡ ਵੀ ਹੋ ਸਕਦਾ, ਇਹ ਤਾਂ ਸਮਝ ਨਹੀਂ ਆ ਰਹੀ ਮੈਨੂੰ। ਸ਼ਿਬੂ, ਕੁੜੀ ਬਹੁਤ ਚੰਗੀ ਹੈ, ਠੀਕ ਹੈ, ਇਹ ਬਹੁਤ ਚੰਗੀ ਕੁੜੀ ਤੁਹਾਡੀ, ਬਹੁਤ ਚੰਗੀ ਹੈ ਜੀ, ਬਹੁਤ ਵਧੀਆ ਕੁੜੀ ਹੈ, ਤੇ ਮੈਂ ਹੀ ਹਾਂ ਜੀ, ਮੇਰੇ ਤੋਂ ਜ਼ਿਆਦਾ ਕੋਈ ਹੈ ਹੀ ਨਹੀਂ ਹੈ। ਤੁਸੀਂ ਇਦਾਂ ਕਰੋ, ਇਹਨਾਂ ਦਾ ਵਿਆਹ ਕਰਾ ਲਓ ਯਾਰ, ਤੁਸੀਂ ਆਪ ਕਰਾ ਲਓ ਜਾਂ ਕਿਤੇ ਹੋਰ ਕਰਾ ਲਓ। ਤੂੰ ਤਾਂ ਜ਼ਬਾਨ ਤੇ ਨਹੀਂ ਰਿਹਾ, ਤੂੰ ਪਹਿਲਾਂ ਕਿਹਾ ਮੈਂ ਗਾਲ ਨਹੀਂ ਕੱਢਦਾ, ਮੈਂ ਦੂਜਿਆਂ ਨੂੰ ਗਾਲਾਂ ਨਹੀਂ ਰੋਕਦਾ। ਮੈਂ ਇਦਾਂ ਦੀਆਂ ਗਾਲਾਂ ਕੱਢੂੰਗਾ ਕਿ ਵੀ ਫਿਰ ਵਧੀਆ ਨਹੀਂ ਲੱਗਣੀ, ਹੁਣ ਮੇਰਾ ਜੀ ਨਹੀਂ ਕਰ ਰਿਹਾ ਜੀ ਬਿਲਕੁਲ। ਤੂੰ ਤਾਂ ਜਮਾਂ ਹੀ ਬਦਲ ਗਿਆ, ਦੇਖ ਜੋ ਤੂੰ ਪਹਿਲਾਂ ਕਹਿ ਰਿਹਾ ਸੀ ਸ਼ਿਬੂ, ਤੂੰ ਉਦੋਂ ਬਿਲਕੁਲ ਹੀ ਚੇਂਜ ਹੋ ਗਿਆ, ਮੀਂਹ ਤੇ ਤਾਂ ਬਿਲਕੁਲ ਹੀ ਚੇਂਜ ਹੋ ਗਿਆ, ਕਹਿ ਕੁਛ ਹੋਰ ਰਿਹਾ ਸੀ, ਇਹਦਾ ਮਤਲਬ ਇਹ ਜੋ ਬਣਿਆ ਹੋਇਆ ਸੀ ਅਸਲ ਦੇ ਵਿੱਚ ਉਹ ਹੈ ਨਹੀਂ। ਨਹੀਂ ਨਹੀਂ, ਮੈਂ ਹੈਗਾ ਜੀ, ਮੇਰੀ ਗਲਤੀ ਹੈ ਜੀ, ਮੈਂ ਮਾੜਾ ਬੰਦਾ ਨਹੀਂ, ਮੈਂ ਹੈ ਨਹੀਂ, ਲਾਇਕ ਨਹੀਂ ਹੈ ਮੇਰੇ ਨਾਲ। ਇਸਕੋ ਆਈ ਥਿੰਕ ਯੂ ਇਸਕੋ ਬਤਾ ਦੇਤੇ ਹੈਂ ਯਾਰ। ਸ਼ਿਵਮ, ਸ਼ਿਵਮ ਹਾਂ, ਤੁਸੀਂ ਕੌਣ ਬੋਲ ਰਹੇ ਵੀਰ? ਯਾਰ ਮੈਂ ਬਤਾਤਾ ਹੂੰ ਮੈਂ ਕੌਣ ਬੋਲ ਰਹਾ ਹੂੰ, ਇਸਸੇ ਪਹਿਲੇ ਨਾ ਮੈਂ ਸੋਚ ਰਿਹਾ ਤੁਮੇ ਬਤਾ ਦੂੰ ਕਿ ਯੇ ਕੌਣ ਬੋਲ ਰਹੇ ਥੇ। ਆਪ ਤੋ ਪੰਜਾਬੀ ਹੈ, ਦੇਖੋ ਮੇਰੀ ਤੇ ਪੰਜਾਬੀ ਇੰਨੀ ਚੰਗੀ ਨਹੀਂ ਹੈਗੀ, ਫਿਰ ਵੀ ਮੈਂ ਮਾੜੀ ਮੋਟੀ ਕੋਸ਼ਿਸ਼ ਕਰਨਾ। ਤੁਸੀਂ ਮੈਨੂੰ ਇੱਕ ਪਹਿਲਾਂ ਇੱਕ ਗੱਲ ਦਾ ਜਵਾਬ ਦਿਓ, ਤੁਹਾਨੂੰ ਪਤਾ ਹੈਗਾ ਕੈਰੀਓਨ ਜੱਟਾ 3 ਆਉਣ ਵਾਲੀ ਰਿਲੀਜ਼ ਹੋਣ ਵਾਲੀ? ਜੀ ਮੈਨੂੰ ਪਤਾ, ਪਰ ਉਹ ਇਸ ਗੱਲ ਦੇ ਨਾਲ ਕੀ ਲੈਣਾ ਦੇਣਾ, ਤੁਸੀਂ ਕੀ ਕਰ ਰਹੇ ਹੋ? ਬਸ ਇੱਕ ਮਿੰਟ ਬਸ ਮੈਨੂੰ ਇਸ ਸਵਾਲ ਦਾ ਜਵਾਬ ਦੇ ਦਿਓ ਕਿ ਉਸਮੇ ਜੋ ਐਕਟਰੈਸ ਹੈ ਔਰ ਐਕਟਰ ਹੈ ਵੋ ਕੌਣ ਹੈ? ਗਿੱਪੀ ਬਾਈ ਜੀ ਨੇ ਆਫ ਕੋਰਸ, ਤੇ ਸੋਨਮ ਬਾਜਵਾ ਮੈਡਮ। ਹਾਂ, ਤਾਂ ਮੈਂ ਪੰਕਿਤ ਬੋਲ ਰਹਾ ਹੂੰ ਮਿਰਚੀ ਸਰ, ਉਹ ਦੋਨੋਂ ਮੇਰੇ ਸਾਥ ਹੀ ਹੈ। ਹੈਲੋ ਸ਼ਿਵਮ, ਸੱਚੀ ਗਿੱਪੀ ਬਾਈ ਦੇ ਸ਼ਿਵਮ ਸ਼ਿਵਮ ਇਹ ਸਾਰਾ ਕੁਛ ਵੀਰੇ ਇਹਨਾਂ ਨੇ ਧੱਕੇ ਨਾਲ ਹੀ ਕਰਾ ਲਿਆ ਸਾਡੇ ਤੋਂ, ਅਸੀਂ ਜਮਾਂ ਨਹੀਂ ਸੀ ਕਰਨਾ ਚਾਹੁੰਦੇ, ਔਰ ਅਸੀਂ ਇਹ ਆਈਡੀਆ ਤਾਂ ਚੱਕ ਲਿਆ ਕਿਉਂਕਿ ਸਾਡੀ ਫਿਲਮ ਦੇ ਵਿੱਚ ਵੀ ਕੁਛ ਕੁਛ ਇਹ ਆਈਡੀਆ ਚੱਲ ਰਿਹਾ ਵਾ ਫਿਲਮ ਦੇ ਵਿੱਚ ਇੱਦਾਂ, ਔਰ ਹੁਣ ਤੂੰ ਦੁਬਾਰਾ ਟਰਾਈ ਕਰ ਸਕਦਾ ਵਾ, ਸੋਨਮ ਔਨਲਾਈਨ 'ਤੇ ਹੈਗੀ ਆ, ਤੂੰ ਇੱਕ ਵਾਰੀ ਜੇ ਜੈਨੂਅਨ ਟਰਾਈ ਮਾਰ ਕੇ ਦੇਖਣੀ ਆ ਮਾਰ ਸਕਦਾ, ਸਾਡੇ ਲਈ ਓਪਨ ਗਰਾਊਂਡ ਹੈ। ਮੈਂ ਤਾਂ ਜੀ ਫਿਰ ਉਹੀ ਮਤਲਬ ਮੇਰਾ ਤਾਂ ਐਂਡ ਸੀ ਇਹੀ ਹੋਊਗਾ ਕਹਿਣਾ, ਲਵ ਯੂ ਮੈਮ। ਦਿਲੋਂ ਨਿਕਲਿਆ ਮੁੰਡੇ ਦਾ ਦਿਲੋਂ, ਬਹੁਤ ਬੜਿਆ ਜਵਾਬ ਸੁਣ ਲਿਆ, ਥੈਂਕ ਯੂ, ਆਇਆ ਸਮਝ ਗਏ ਹੋ ਨਾ, ਚਲੋ ਆਪ ਫੋਨ ਰੱਖੋ। ਓਕੇ, ਬਾਏ ਸ਼ਿਵਮ, ਥੈਂਕ ਯੂ, ਬਾਏ 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 ਬਾਏ।